ਮੇਰੇ ਨਾਲ ਇਸ ਵਕਤ ਅਜੀਤ ਮਲਿਕ ਜੀ ਸੋਸ਼ਲ ਵਰਕਰ ਜੁੜੇ ਨੇ। ਸੋ ਉਹਨਾਂ ਨਾਲ ਯੂਕਰੇਨ ਵਾਰ ਜੋ ਲਗਾਤਾਰ ਚੱਲਦੀ ਆ ਰਹੀ ਹੈ ਇਸ ਬਾਰੇ ਗੱਲਬਾਤ ਕਰਾਂਗੇ। ਸਰ, ਜੋ ਯੂਕਰੇਨ ਵਾਰ ਲਗਾਤਾਰ ਚੱਲਦੀ ਆ ਰਹੀ ਹੈ, ਨੁਕਸਾਨ ਵੀ ਬਹੁਤ ਹੋ ਰਿਹਾ ਹੈ, ਆਰਥਿਕਤਾ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ, ਲੋਕਾਂ ਨੂੰ ਨੁਕਸਾਨ ਵੀ ਹੋ ਰਿਹਾ, ਜਾਨੀ ਮਾਲੀ ਸਭ ਕੁਛ ਸਭ ਨੂੰ ਨੁਕਸਾਨ ਹੋ ਰਿਹਾ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਵਲਾਦੀਮੀਰ ਪੁਤਿਨ ਜਿਹੜਾ ਹੈ ਨਾ, ਉਹ ਬਹੁਤ ਸਿਆਣਾ ਬੰਦਾ ਹੈ। ਉਹ ਵਾਰ ਨੂੰ ਕਿਸੇ ਮੁਹਾਨੇ 'ਤੇ ਨਹੀਂ ਲੈ ਕੇ ਜਾਣਾ ਚਾਹੁੰਦਾ, ਕਿਉਂਕਿ ਜੇ ਵਾਰ ਨੂੰ ਕਿਸੇ ਮੁਹਾਨੇ 'ਤੇ ਲੈ ਜਾਈਏ ਤਾਂ ਇਹ ਨਿਊਕਲੀਅਰ ਵਾਰ ਆ ਜਾਏਗਾ, ਫਿਰ ਵਰਲਡ ਵਾਰ ਆ ਜਾਏਗਾ, ਥਰਡ ਜਿਹੜਾ ਵਰਲਡ ਵਾਰ ਹੈ ਉਹ ਆ ਜਾਏਗਾ। ਉਹ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਹੈ ਜਲੰਸਕੀ, ਉਹ ਜਿਹੜਾ ਮੇਰੇ ਹਿਸਾਬ ਨਾਲ ਇੱਕ ਬੇਵਕੂਫ ਬੰਦਾ ਹੈ। ਉਹ ਬੇਵਕੂਫ ਇਸ ਕਰਕੇ ਹੈ ਕਿ ਉਹ ਨਾਟੋ ਕਹੀ ਜਾਂਦੀ ਹੈ ਕਿ ਅਸੀਂ ਤੇਰੀ ਹੈਲਪ ਕਰਾਂਗੇ, ਅਮੈਰੀਕਾ ਕਹੀ ਜਾਂਦਾ ਅਸੀਂ ਤੇਰੀ ਹੈਲਪ ਕਰਾਂਗੇ, ਉਹ ਉਹਨਾਂ ਦੇ ਮਗਰ ਲੱਗ ਕੇ ਅਤੇ ਬੜਕਾ ਮਾਰੀ ਜਾਂਦਾ। ਉਹ ਇਸ ਕਰਕੇ ਬੜਕਾ ਮਾਰੀ ਜਾਂਦਾ ਕਿ ਉਹਨੂੰ ਪਿੱਛੋਂ ਹਥਿਆਰ ਦੀ ਸਪਲਾਈ ਉਹ ਦੇਈ ਜਾਂਦੇ ਨੇ ਜਿਹੜੀ ਕਿ ਯੂਕਰੇਨ ਨੂੰ ਬਰਬਾਦ ਕਰ ਰਹੀ ਹੈ। ਯੂਕਰੇਨ ਇਸ ਚੀਜ਼ ਨਾਲ ਬਰਬਾਦ ਹੋ ਰਿਹਾ ਕਿਉਂਕਿ ਯੂਕਰੇਨ ਦਾ 27 ਲੱਖ ਬੰਦਾ ਜਿਹੜਾ ਉਹ ਯੂਕਰੇਨ ਨੂੰ ਛੱਡ ਕੇ ਚਲਾ ਗਿਆ ਅਤੇ ਯੂਕਰੇਨ ਦੇ ਜਿਹੜੇ ਰਿਹਾਇਸ਼ੀ ਇਲਾਕੇ ਨੇ ਉਹ ਖੰਡਰ ਹੋ ਗਏ ਨੇ। ਉਹ ਖੰਡਰ ਇਸ ਤਰ੍ਹਾਂ ਵੀ ਹੋ ਗਏ ਨੇ ਕਿ ਕਦੀ ਲੱਗਦਾ ਹੈ ਕਿ ਉੱਥੇ ਜ਼ਿੰਦਗੀ ਹੈਗੀ ਨਹੀਂ ਸੀ। ਤਕਰੀਬਨ ਜਿਹੜਾ ਸਾਰਾ ਯੂਕਰੇਨ ਤਬਾਹ ਕਰ ਦਿੱਤਾ ਰੂਸ ਨੇ, ਔਰ ਉਹ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰ ਰਿਹਾ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਹੈ, ਅਤੇ ਉਹਨੂੰ ਸਗੋਂ ਉਕਸਾ ਰਿਹਾ ਰੂਸ ਨੂੰ ਕਿ ਮੈਂ ਮੁਕਾਬਲਾ ਕਰਾਂਗਾ, ਮੈਂ ਰੂਸ ਦੇ ਇੰਨੇ ਟੈਂਕ ਤੋੜਤੇ, ਮੈਂ ਇੰਨੇ ਜਹਾਜ਼ ਸੁੱਟ ਦਿੱਤੇ, ਮੈਂ ਇੰਨੇ ਫੌਜੀ ਮਾਰਤੇ। ਇਹਦੇ ਨਾਲ ਜਿਹੜਾ ਰੂਸ ਦਾ ਪ੍ਰੈਜੀਡੈਂਟ ਵਲਾਦੀਮੀਰ ਪੁਤਿਨ ਉਹ ਹੋਰ ਖਿੱਚ ਕੇ ਜਿਹੜਾ ਨਾ ਜੰਗ ਨੂੰ ਹੋਰ ਤੇਜ਼ ਕਰ ਰਿਹਾ। ਜਿਹੜਾ ਨਾਟੋ ਫੌਜਾਂ ਜਿਹੜੀਆਂ ਉੱਧਰੋਂ ਵੱਖ ਵੱਖ ਦੇਸ਼ਾਂ ਤੋਂ ਉਹਨੂੰ ਹੈਲਪ ਆ ਰਹੀ ਆ, ਜਿਹੜਾ ਆਪਣਾ ਇਹਦੇ ਨਾਲ ਮੁਲਕ ਹੈਗਾ ਪੋਲੈਂਡ, ਪੋਲੈਂਡ ਜਿਹੜਾ ਹੈ ਉੱਧਰੋਂ ਹਥਿਆਰ ਆ ਰਹੇ ਨੇ। ਹੁਣ ਜਿਹੜਾ ਪ੍ਰੈਜੀਡੈਂਟ ਰੂਸ ਹੈ ਉਹਨੇ ਜਿੱਧਰੋਂ ਐਂਟਰੀ ਹੋ ਰਹੀ ਹੈ ਹਥਿਆਰਾਂ ਦੀ ਜਾਂ ਜੋ ਵੀ ਆ ਰਿਹਾ, ਟੈਂਕ ਆ ਰਹੇ, ਗੱਡੀਆਂ ਬਖਤਰਬੰਦ ਆ ਰਹੀਆਂ ਰਹੀਆਂ, ਉਹਨੇ ਉੱਥੇ ਹੀ ਮਿਜ਼ਾਇਲਾਂ ਮਾਰਤੀਆਂ ਨੇ, ਉੱਥੇ ਹੀ ਤੋੜ ਦਿੱਤੀਆਂ ਨੇ। ਉਹਦਾ ਜਦ ਆਪਾਂ ਇੱਕ ਭਲਵਾਨ ਦੇ ਨਾਲ ਲੜ ਹੀ ਨਹੀਂ ਸਕਦੇ, ਆਪਾਂ ਕਿਉਂ ਬੜਕਾ ਮਾਰੀ ਜਾਂਦੇ ਹਾਂ? ਉਹਨੂੰ ਆਪਾਂ ਜ਼ਿਆਦਾ ਉਕਸਾ ਰਹੇ ਹਾਂ। ਉਹ ਰੂਸ ਜਿਹੜਾ ਹੈ ਉਹ ਬਹੁਤ ਸੁਪਰ ਪਾਵਰ, ਬੜਾ ਤਕੜਾ ਹੈ, ਅਤੇ ਇਹ ਜਲੰਸਕੀ ਜਿਹੜਾ ਉਹਦੇ ਮੁਕਾਬਲੇ 'ਤੇ ਇੱਕ ਮੱਛਰ ਜਾਂ ਇਹਨੂੰ ਆਪਾਂ ਕੀੜੀ ਕਹਿ ਸਕਦੇ ਹਾਂ, ਅਤੇ ਫਿਰ ਇਹਨੂੰ ਉਹਦੇ ਨਾਲ ਜ਼ਿਆਦਾ ਲੜਾਈ ਲੈਣ ਦੀ ਕਿਵੇਂ ਸਰ ਬੰਦ ਹੋ ਸਕਦੀ ਹੈ? ਇਹ ਆਪਣਾ ਉਹਨੂੰ ਸਲੰਡਰ ਕਰੇ ਅਤੇ ਪੁਤਿਨ ਦੇ ਨਾਲ ਗੱਲਬਾਤ ਕਰੇ, ਪੁਤਿਨ ਦੇ ਨਾਲ ਗੱਲਬਾਤ ਕਰੇ ਅਤੇ ਉਹਦੀਆਂ ਜਿਹੜੀਆਂ 2 ਸ਼ਰਤਾਂ 4 ਸ਼ਰਤਾਂ ਉਹਦੀਆਂ ਉਹਨੂੰ ਓਨ ਕਰੇ ਅਤੇ ਆਪੇ ਜੰਗ ਬੰਦ ਹੋ ਜਾਣੀ ਆ। ਇਹ ਜਿੱਦ ਦੇ ਵਿੱਚ ਯੂਕਰੇਨ ਨੂੰ ਬਰਬਾਦ ਕਰ ਲਿਆ ਇਹਨੇ, ਜਿਹੜਾ ਬਹੁਤ ਖੂਬਸੂਰਤ ਮੁਲਕ ਹੈਗਾ ਸੀ, ਉਹ ਹੋਇਆ ਤਾਂ ਰੂਸ ਦੇ ਨਾਲੋਂ ਹੀ ਸੀ ਅਲੱਗ। ਜਿਹੜਾ ਮਿਖਾਇਲ ਗੌਰਬਾਚੋਵ ਸੀ ਉਹਨੇ ਇਹਨੂੰ ਕ੍ਰੈਸ਼ ਕੀਤਾ ਸੀ, ਉਹ ਵੀ ਇੱਕ ਅਮੈਰੀਕਾ ਦੀ ਸਾਜਿਸ਼ ਹੈਗੀ ਸੀ, ਅਤੇ ਉਹਦੇ ਨਾਲ ਉਹਨਾਂ ਨੇ ਕ੍ਰੈਸ਼ ਕਰਕੇ ਅਤੇ ਉਹ ਜਿਹੜਾ ਉਹ ਚਾਹੁੰਦਾ ਕਿ ਇਹਨੂੰ ਆਪਾਂ ਮੇਰੇ ਨਾਲ ਸਹਿਮਤ ਰਹਿਣ ਸਾਰੇ, ਫਿਰ ਇਹਨੂੰ USSR ਸੁਪਰ ਪਾਵਰ ਬਣਾਇਆ ਜਾਏ। ਧੰਨਵਾਦ। ਠੀਕ।